हेलो जी, सत श्री अकाल जी। की हाल चाल ने जी? मैं बहुत वधिया जी, तुसी सुनाओ। सत श्री अकाल। तुसी बोलदे नहीं हो, मैं बोली जानी हूँ जी। मैं वेट करती सी भी ऑन कोई दो चार जाने ते मैं फिर बोला ता करके। हेलो जस्सी जी, हेलो जी, हेलो सत श्री अकाल। गुड आफ्टरनून जी। ਕਿੱਥੇ ਤੁਸੀਂ? ਮੈਮ ਮੈਂ ਆਸਟ੍ਰੇਲੀਆ ਆਈ ਹੋਈ ਹਾਂ ਜੀ। ਹੈਲੋ ਜੀ, ਹੈਲੋ। ਇਟ ਵਾਜ਼ ਗ੍ਰੇਟ ਟੂ ਸ਼ੋਅ ਯੂ ਆਸਟ੍ਰੇਲੀਆ। ਥੈਂਕਸ ਫੋਰ ਕਮਿੰਗ ਆਸਟ੍ਰੇਲੀਆ। ਥੈਂਕ ਯੂ ਸੋ ਮਚ ਜੀ। ਆਡੀਅੰਸ ਬੜੀ ਘੈਂਟ ਆ ਜੀ ਮੈਲਬਰਨ ਦੀ, ਅਤੇ ਸ਼ੋਅ ਤਾਂ ਫਿਰ ਆਪੇ ਹੀ ਵਧੀਆ ਜਾਣਾ ਸੀਗਾ। ਉਹਨਾਂ ਦਾ ਥੈਂਕਸ ਜਿਨ੍ਹਾਂ ਨੇ ਕੱਲ੍ਹ ਇੰਨਾ ਸਾਰਾ ਪਿਆਰ ਦਿੱਤਾ, ਸਾਡੀ ਉਮੀਦ ਨਾਲੋਂ ਵੀ ਵੱਧ ਕੇ ਪਿਆਰ ਦਿੱਤਾ। ਬਿਕੋਜ਼ ਥੋੜ੍ਹਾ ਜਿਹਾ ਲੱਗਦਾ ਸੀਗਾ, ਪਰ ਨਹੀਂ, ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ। ਥੈਂਕ ਯੂ ਸੋ ਮੱਚ। ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ ਕਨੇਡਾ ਵਾਲਿਓ ਜੀ। ਨਮਸਕਾਰ ਜੀ, ਕਿਵੇਂ ਹੋ? ਠੀਕ ਠਾਕ ਹੋ? ਕਿੱਦਾਂ ਭਾਬੀ ਜੀ, ਸੈੱਟ ਹੋ? ਪਿੰਡ ਚੱਕ ਪੱਖੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਹੁਤ ਸੋਹਣੇ ਹੋ, ਥੈਂਕ ਯੂ ਜੀ। ਇਸ ਵਾਰ ਤੂੰ ਹਰਪ੍ਰੀਤ ਭਾਅ ਜੀ ਨਾਲ ਡੁਅਟ ਨਹੀਂ ਕੀਤਾ? ਅੱਛਾ ਜੀ, ਡੁਅਟ ਗਾਣਾ ਮੈਂ ਤਾਂ ਨਹੀਂ ਕੀਤਾ ਜੀ। ਜਦੋਂ ਗਾਣਾ ਕੀਤਾ ਆ ਤਾਂ ਉਸ ਟਾਈਮ ਮੈਂ ਕੈਨੇਡਾ ਸੀਗੀ, ਅਤੇ ਫਿਰ ਉਹਨਾਂ ਨੂੰ ਥੋੜ੍ਹੀ ਜਲਦੀ ਸੀਗੀ। ਅੱਜ ਆਪਣੇ B2P ਰੈਕਡ ਵਾਲੇ ਬਾਈ ਜੀ ਹੋਣਾ ਨੂੰ ਉਹ ਕਹਿੰਦੇ ਛੇਤੀ ਗਾਣਾ ਸ਼ੂਟ ਕਰੋ, ਸੋ ਉਹਦੇ ਕਰਕੇ ਫਿਰ ਆਪਣਾ ਜਲਦੀ ਗਾਣਾ ਕਰਨਾ ਪਿਆ, ਅਤੇ ਮੈਂ ਹੈ ਨਹੀਂ ਵਿੱਚ। ਕਦੋਂ ਮਿਲਣ ਆਉਣਾ ਸਾਨੂੰ? ਮੈਂ ਸੋਚਦੀ ਹਾਂ ਜੀ, ਮੈਂ ਆਪਣਾ ਕੀ ਕਹਿੰਦੇ ਹੁੰਦੇ ਕਨੇਡਾ ਹੀ ਮਿਲ ਲੂੰਗੀ ਜੀ ਤੁਹਾਨੂੰ। ਤੁਸੀਂ ਵਾਪਸ ਕਦੋਂ ਜਾਣਾ ਆ ਜੀ? ਭੁਪਿੰਦਰ ਸਿੰਘ ਹੁਸ਼ਿਆਰਪੁਰ ਤੋਂ, ਠੀਕ ਹੈ ਜੀ। ਮੈਡਮ ਜੀ, UK ਕਦੋਂ ਆਉਣਾ ਪਲੀਜ਼ ਜਲਦੀ? ਓਕੇ, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਓਕੇ ਓਕੇ, ਠੀਕ ਆ ਜੀ। ਮੈਂ ਫਿਰ ਆ ਜਾਣਾ ਵਾਪਸ ਇੱਥੋਂ ਜਲਦੀ, ਅਤੇ ਫਿਰ ਮੈਂ ਸਿੱਧਾ ਅਗਲੇ ਦਿਨ ਮਤਲਬ ਕਿ ਅੰਦਰ ਨੂੰ ਆਊਂਗੀ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ ਜੀ। ਓਕੇ ਓਕੇ, ਠੀਕ ਆ ਵੀਰੇ, ਠੀਕ ਆ। ਫੁਕਰੀ ਕਾਤੋਂ ਨਹੀਂ ਮਾਰਦੀ ਮੈਂ? ਇਹ ਵੀ ਫੁਕਰੀ ਮਾਰਨੀ ਚਾਹੀਦੀ ਆ ਮੈਨੂੰ ਕਿ ਨਹੀਂ ਮਾਰਨੀ ਚਾਹੀਦੀ? ਫੁਕਰੀ ਕਾਤੋਂ ਮਾਰਨੀ ਆ? ਕੰਮਿਆਂ ਨੇ ਦੇਖਿਆ ਸੀ? ਓਕੇ ਓਕੇ, ਠੀਕ ਹੈ ਜੀ। ਲਾਸਟ ਟਾਈਮ ਕਿਉਂ, ਅਸੀਂ ਤਾਂ ਹੁਣ ਹੀ ਕੰਮਿਆਂ ਨੇ 4 ਤਰੀਕ ਨੂੰ ਜਿਹੜਾ ਮੇਲਾ ਹੋਇਆ ਉੱਥੇ ਪਰਫੋਰਮ ਕਰਕੇ ਗਏ ਹਾਂ। ਤੁਸੀਂ ਤਾਂ ਮੇਲਾ ਦਾ ਉਹ 8-10 ਸਾਲ ਪਿੱਛੇ ਚਲੇ ਗਏ। ਓਕੇ ਜੀ, ਠੀਕ ਹੈ ਜੀ। ਕਿੱਥੇ ਹੋ ਤੁਸੀਂ ਹੁਣ? ਹੁਣ ਜੀ ਇਸ ਟਾਈਮ ਆਸਟ੍ਰੇਲੀਆ ਆਏ ਹੋਏ ਸੀਗੇ ਜੀ। ਕੱਲ੍ਹ ਇੱਥੇ ਸੀਗਾ ਜੀ ਆਪਣਾ ਮੇਲਾ ਸੀਗਾ ਜੀ, ਬਹੁਤ ਵੱਡੇ ਲੈਵਲ ਦਾ, ਅਤੇ ਬਹੁਤ ਸੋਹਣਾ ਰਿਹਾ ਜੀ। ਬਹੁਤ ਸਾਰਾ ਆਸਟ੍ਰੇਲੀਆ ਵਾਲਿਆਂ ਨੇ, ਮੈਲਬਰਨ ਵਾਲਿਆਂ ਨੇ ਪਿਆਰ ਦਿੱਤਾ, ਅਤੇ ਬਾਕੀ ਬਾਬਾ ਜੀ ਦੀ ਮਿਹਰ ਨਾਲ ਵਧੀਆ ਰਿਹਾ। ਹੈਲੋ ਜੀ, ਹੈਲੋ, ਹੈਲੋ। ਤੁਸੀਂ USA ਆਉਣਾ ਜੀ? USA ਮੈਂ ਆਉਣਾ ਵਾ, ਹਾਂਜੀ, ਦੇਖਿਆ ਸੀ। ਓਕੇ, ਠੀਕ ਹੈ ਜੀ। ਤੁਸੀਂ ਭਾਬੀ ਜੀ ਜਾਓ, ਜਾ ਕੇ ਕੰਮ ਕਾਰ ਕਰ ਲਓ, ਅਤੇ ਨਿਆਣੇ ਨਿਉਣੇ ਸਾਂਭੋ, ਉੱਥੇ ਵਿੱਚ ਨਿਗਾਹ ਰੱਖੀ ਬੈਠੇ। ਸਾਡੇ ਘਰ ਦੇ ਵੀ ਇੱਦਾਂ ਹੀ ਨੇ ਸੱਚੀ।
थैंक यू जी। ਸਤਿ ਸ੍ਰੀ ਅਕਾਲ ਜੀ। ਹੋਰ ਦੱਸੋ ਜੀ ਕਿਵੇਂ ਹੋ। ਹੈਲੋ ਜੀ, ਹੈਲੋ ਹੈਲੋ ਹੈਲੋ, ਗਾਣਾ ਸੁਣਾ ਦਿਓ। ਹੈਲੋ ਬਿੱਲੀ, ਨਿਊ ਸੌਂਗ ਕਦੋਂ ਆ ਰਿਹਾ? ਗਾਣਾ ਆਪਾਂ ਬਸ ਕਰਾਂਗੇ ਜੀ ਜਲਦੀ। ਥੈਂਕ ਯੂ ਜੀ। ਹੋਰ ਘਰ ਪਰਿਵਾਰ ਸਾਰਿਆਂ ਦੀ ਕਿੱਦਾਂ ਆ ਜੀ? ਠੀਕ ਠਾਕ ਆ? ਕਿੰਨੇ ਸ਼ੋ ਹੋਰ ਆਸਟ੍ਰੇਲੀਆ 'ਚ ਲਾਉਣੇ? ਆਸਟ੍ਰੇਲੀਆ ਦੇ ਵਿੱਚ ਤਾਂ ਆਪਣਾ ਇਹੀ ਇੱਕ ਹੀ ਸੀਗਾ ਜੀ ਬਸ, ਇਹ ਹੁਣ ਆਪਾਂ ਕੱਲ੍ਹ ਸੀਗਾ ਜੀ, ਅਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਫਿਰ ਨੈਕਸਟ ਮੇਬੀ ਜਦੋਂ ਵੀ ਹੋਊਗਾ ਤਾਂ ਫਿਰ ਆਵਾਂਗੇ ਜੀ। ਆ ਜਾਓ ਤੁਸੀਂ ਜਲਦੀ। ਠੀਕ ਹੈ ਜੀ, ਠੀਕ ਹੈ, ਆ ਗਈ ਆ ਗਈ ਆ ਗਈ ਮੈਂ। ਸਭ ਕਿਸਮਤ ਮਿਊਜ਼ਿਕ ਆਪ ਨਾਈਸ ਹੋ। ਮੈਲਬੋਰਨ 'ਚ ਮਿਲਣਾ ਹੋਵੇ, ਹੈਗਾ ਕੋਈ ਸੀਨ ਜੀ? ਨਾ ਜੀ, ਕੋਈ ਸੀਨ ਨਹੀਂ ਜੀ, ਅਸੀਂ ਤਾਂ ਚੱਲੇ ਹਾਂ ਜੀ। ਓਕੇ ਠੀਕ ਹੈ ਜੀ। ਪੰਜਾਬ ਕਦੋਂ ਆਉਣਾ ਜੀ? ਬਸ ਕੱਲ੍ਹ ਪਰਸੋਂ ਨੂੰ ਆ ਜਾਣਾ ਜੀ ਵਾਪਸ, ਪਰਸੋਂ ਨੂੰ ਆ ਜਾਣਾ ਜੀ। ਤੁਸੀਂ ਹਰਪ੍ਰੀਤ ਢਿੱਲੋਂ ਨਾਲ ਹੁਣ ਵੀ ਗਾਉਂਦੇ ਹੋ? ਹੁਣ ਵੀ ਤਾਂ ਕੀ ਮਤਲਬ, ਮੈਂ ਗਾਉਣੀ ਹੋਈ ਉਹਨਾਂ ਦੇ ਨਾਲ ਆ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਮੈਂ ਪਹਿਲੇ ਕਹਿ ਕੇ ਹਟੀ ਹਾਂ ਜੀ, ਮੈਲਬਰਨ ਦੀ ਜਿਹੜੀ ਆਡੀਅੰਸ ਹੈ ਨਾ, ਬਹੁਤ ਵਧੀਆ ਜੀ, ਬਹੁਤ ਸਾਰਾ ਪਿਆਰ ਦਿੱਤਾ ਉਹਨਾਂ ਨੇ ਸਾਰਿਆਂ ਨੂੰ ਹੀ, ਅਤੇ ਸਾਰੇ ਆਰਟਿਸਟ ਵੀ ਬੜੇ ਵਧੀਆ ਸੀਗੇ, ਬਾਕੀ ਜਿਨ੍ਹਾਂ ਨੇ ਔਰਗੇਨਾਈਜ਼ ਕੀਤਾ ਟੀਮ ਬੜੀ ਅੱਛੀ ਸੀਗੀ ਜੀ, ਸੋ ਉਹਦੇ ਕਰਕੇ ਸਾਰਾ ਕੁਛ ਵਧੀਆ ਹੀ ਹੋਇਆ ਜੀ। ਬਾਕੀ ਤਾਂ ਤੁਹਾਡੇ 'ਤੇ ਹੁੰਦਾ, ਆਡੀਅੰਸ 'ਤੇ ਹੁੰਦਾ ਆ, ਬਹੁਤ ਸਾਰਾ ਮਾਣ ਪਿਆਰ ਦਿੱਤਾ, ਥੈਂਕ ਯੂ ਸੋ ਮੱਚ ਉਹਦੇ ਵਾਸਤੇ। ਓਕੇ ਓਕੇ ਠੀਕ ਹੈ ਜੀ, ਥੈਂਕ ਯੂ। ਹੈਲੋ ਜੀ, ਕੀ ਹਾਲ? ਓਕੇ ਜੀ, ਹਾਂਜੀ ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਏਅਰਪੋਰਟ 'ਤੇ ਦੇਖਣਾ ਪਊ ਫਿਰ, ਮੇਰੇ ਫੇਵਰੇਟ ਹੋ, ਥੈਂਕ ਯੂ ਜੀ। ਮੈਂ ਸਹੀ ਟਾਈਮ 'ਤੇ ਲਾਈਵ ਹੋਈ ਹਾਂ ਕਿ ਗਲਤ ਟਾਈਮ 'ਤੇ ਹੀ ਹੋ ਗਈ? ਠੀਕ ਹੈ ਜੀ, ਓਕੇ। ਕੁੱਟੂ ਤੈਨੂੰ ਕਿਉਂ? ਹਾਂਜੀ ਹਾਂਜੀ ਜੀ 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 ਹਾਂਜੀ, ਓਕੇ ਠੀਕ ਆ ਜੀ, ਫਿਰ ਸਹੀ ਆ। ਮੈਨੂੰ ਲੱਗਿਆ ਵੀ ਮੈਂ ਗਲਤ ਟਾਈਮ 'ਤੇ ਲਾਈਵ ਹੋ ਗਈ ਹਾਂ, ਅਤੇ ਉਹਦੇ ਕਰਕੇ, ਕਿਉਂਕਿ ਉਰੇ ਤਾਂ ਮੇਰੇ ਖਿਆਲ ਨਾਲ ਵਾਹਵਾ ਟਾਈਮ ਹੋ ਗਿਆ। ਅਤੇ ਹਾਂਜੀ, ਓਕੇ ਓਕੇ ਓਕੇ, ਓ ਠੀਕ ਹੈ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਕਹਿੰਦੇ ਫੋਨ ਹੀ ਲਿਆ ਦਿਓ ਬਾਹਰੋਂ। ਓਕੇ ਠੀਕ ਹੈ ਜੀ, ਮੇਰੀ ਬੇਟੀ ਤੁਹਾਡੇ ਵਰਗੀ ਲੱਗਦੀ। ਓ ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਜੇ ਤੁਹਾਡੀ ਬੇਟੀ ਮੇਰੇ ਵਰਗੀ ਲੱਗਦੀ ਹੈ ਤਾਂ। ਕਿਤਨਾ ਟਾਈਮ, ਕਿਤਨਾ ਟਾਈਮ ਹੋ ਗਿਆ ਜੀ? ਕਿਤਨਾ ਕਿੰਨਾ ਲਿਖ ਦਿੰਦੇ, ਬਾਕੀ ਵੀ ਤਾਂ ਪੰਜਾਬੀ 'ਚ ਲਿਖਿਆ, ਥੈਂਕ ਯੂ ਤੁਸੀਂ। ਅੱਛਾ ਸਟੋਰੀ ਪਾਈ, ਧੰਨਵਾਦ, ਨਾ ਨੋ ਪ੍ਰੋਬਲਮ ਜੀ, ਧੰਨਵਾਦ ਵਾਲੀ ਕਿਹੜੀ ਗੱਲ ਆ ਜੀ, ਤੁਸੀਂ ਸਾਡੀਆਂ ਵੀਡੀਓ ਵੀਡੀਓ ਸ਼ੇਅਰ ਕਰਦੇ ਰਹਿੰਦੇ ਆ, ਅਤੇ ਧੰਨਵਾਦ ਤਾਂ ਸਾਨੂੰ ਕਰਨਾ ਚਾਹੀਦਾ, ਡਾਊਨ ਟੂ ਅਰਥ ਹੋ ਤੁਸੀਂ ਦੋਨੋਂ। ਹਾਂਜੀ ਬਿਲਕੁਲ ਜੀ ਬਿਲਕੁਲ, ਦਿਖਾਵਾ ਜਿਹਾ ਨਹੀਂ, ਸ਼ੋਅ ਆਫ ਜਿਹਾ ਨਹੀਂ ਕਰਨਾ ਆਉਂਦਾ। ਅੱਗੇ ਇੱਕ ਵਿੱਚ ਕਮੈਂਟ ਸੀਗਾ ਵੀ ਕਹਿੰਦੇ ਫੁਕਰੀ ਨਹੀਂ ਮਾਰਦੇ ਤੁਸੀਂ ਬਾਕੀਆਂ ਵਾਂਗੂ, ਤੁਹਾਡਾ ਪ੍ਰੋਗਰਾਮ ਵਧੀਆ ਸੀ। ਓਕੇ ਥੈਂਕ ਯੂ ਜੀ, ਅਤੇ ਮੈਂ ਕਿਹਾ ਵੀ ਫੁਕਰੀ ਕਾਹਤੋਂ ਮਾਰਨੀ ਆ, ਅਤੇ ਵੀ ਸਾਰੇ ਤਾਂ ਆਪਣੇ ਨੇ, ਫੁਕਰੀ ਮਾਰ ਕੇ ਦਿਖਾਉਣੀ ਕਿਹਨੂੰ, ਬੰਦੇ ਨੂੰ ਪਤਾ ਹੀ ਹੁੰਦਾ ਸਾਰਾ, ਹੈ ਨਾ, ਐਵੇਂ ਹਵਾ ਜੀ ਕਰੀ ਜਾਓ, ਉਹਦੀ ਕੋਈ ਤੁੱਕ ਨਹੀਂ ਬਣਦੀ ਹੈਗੀ।
ਤੇ ਇੰਡੀਆ ਕੀ ਬਾਹਰ ਆ, ਮੈਂ ਬਾਹਰ ਆ ਜੀ, ਮੈਂ ਬਾਹਰਲਾ ਵਿਊ ਦਿਖਾਵਾਂ ਤੁਹਾਨੂੰ, ਹੁਣ ਆਏ ਲੱਗ ਗਿਆ ਵੀ ਫੁਕਰੀ ਮਾਰਦੀ ਆ, ਪਰ ਇੱਥੋਂ ਵਿਊ ਸੋਹਣਾ ਦਿਖਦਾ ਆ। ਇਹ ਠਹਿਰ ਜਾਓ, ਬੈਕ ਕੈਮਰਾ ਪਤਾ ਨਹੀਂ ਕਿੱਥੋਂ ਹੋਣਾ ਵਾ, ਇੱਦਾਂ ਹੀ ਦੇਖ ਲਓ। ਉਹ ਪਹਾੜ ਜੇ ਜਿਹੜੇ ਨੇ ਨਾ, ਹੈ ਨਾ, ਬੜੇ ਘੈਂਟ ਲੱਗਦੇ ਆ ਉਹ। ਅਤੇ ਬਸ ਹੋਰ ਤਾਂ ਕੁਛ ਨਹੀਂ ਆ, ਇਹੀ ਆਹੀ ਕੁਛ ਆ ਜੀ। ਅਤੇ ਸੋਹਣਾ ਵੈਦਰ, ਸੋਹਣਾ, ਗਰਮੀ ਬਹੁਤ ਆ, ਪਰ ਗਰਮੀ ਬਹੁਤ ਜ਼ਿਆਦਾ ਆ ਜੀ। ਗਰਮੀ ਵਾਲੀ ਜ਼ਿਆਦਾ ਆ ਉਰੇ, ਹੋਰ ਤਾਂ ਬਾਕੀ ਤਾਂ ਠੀਕ ਆ ਜੀ, ਪਰ ਕੱਲ੍ਹ ਗਰਮੀ ਨੇ ਤਾਂ ਕੜਾਕੇ ਕੱਢਤੇ ਕੱਲ੍ਹ, ਪਤਾ ਬਹੁਤ ਗਰਮੀ ਸੀਗੀ। ਮੈਨੂੰ ਲੱਗਦਾ ਜੇ ਪਾਣੀ ਰੱਖ ਦਿੰਦੇ ਬਾਹਰ ਚਾਹ ਵਿੱਚ, ਪੱਤੀ, ਚਾਹ ਪੱਤੀ ਅਤੇ ਉਹ ਪਾ ਕੇ ਆਪਣਾ ਕੀ ਕਹਿੰਦੇ ਖੰਡ, ਅਤੇ ਚਾਹ ਬਣ ਜਾਣੀ ਸੀ ਜਿਹੜੇ ਹਿਸਾਬ ਨਾਲ ਕੱਲ੍ਹ ਮੈਲਬਰਨ ਦਾ ਵੈਦਰ ਸੀਗਾ। ਕਿਹੜੇ ਮੁਲਕ ਵਿੱਚ ਆ ਤੁਸੀਂ? ਏ ਹਾਂਜੀ, ਮੈਂ ਕਿਹੜੇ ਮੁਲਕ 'ਚ? ਮੈਂ ਆਸਟ੍ਰੇਲੀਆ ਆ ਜੀ। ਕੰਮਿਆਣਾ ਵਧੀਆ ਸੀ ਸ਼ੋ, ਤੁਹਾਡਾ ਸ਼ੋ, ਥੈਂਕ ਯੂ ਸੋ ਮਚ ਜੀ। ਠੀਕ ਹੈ ਜੀ, ਠੀਕ ਆ, ਓਕੇ ਓਕੇ। ਮੈਂ ਜਾਣਾ ਸੀਗਾ ਕਿਤੇ, ਅਤੇ ਉਹ ਆਪਣੀਆਂ ਕੁੜੀਆਂ ਆਉਂਦੀਆਂ ਪਈਆਂ ਵਾਂ, ਉਹਨਾਂ ਦੇ ਨਾਲ ਜਾਣਾ ਸੀਗਾ, ਅਤੇ ਉਹਦੇ ਕਰਕੇ ਫਿਰ ਮੈਂ ਮਾੜਾ ਜਿਹਾ, ਮੈਂ ਕਿਹਾ ਚੱਲ ਮੇਕਅਪ ਵੀ ਕਰ ਲੈਂਦੀ ਹਾਂ, ਜ਼ਰੂਰੀ ਹੁੰਦਾ ਇੰਨਾ ਕੁ ਤਾਂ ਕਰਨਾ ਚਾਹੀਦਾ ਵੀ ਆ ਬੰਦੇ ਨੂੰ, ਹੈ ਨਾ। ਤੁਸੀਂ ਗਰਮੀ 'ਚ ਹੋਰ ਵੀ ਵਧੀਆ ਗੱਲ ਕੱਢੇ। ਹਾਂਜੀ, ਆਡੀਅੰਸ ਇੰਨੀ ਘੈਂਟ ਸੀਗੀ। ਹਾਂ, ਦੁੱਧ ਵੀ ਵਿੱਚ ਪਾਉਣਾ ਸੀ ਸੱਚ। ਹਾਂਜੀ, ਜੱਸੀ ਕੌਰ ਬਹੁਤ ਸੋਹਣੀ ਕੁੜੀ ਸਾਡੀ ਪੰਜਾਬ ਦੀ, ਥੈਂਕ ਯੂ ਜੀ। ਜਗਰਾਓਂ ਲੋਹੜੀ ਦਾ ਬਹੁਤ ਵਧੀਆ ਪਰਫੋਰਮੈਂਸ ਸੀ ਤੁਹਾਡੀ, ਥੈਂਕ ਯੂ ਸੋ ਮਚ ਜੀ। ਉਹਨਾਂ ਦਾ ਫੰਕਸ਼ਨ ਬਾਈਜੂ ਹੋਣਾ ਦਾ ਬਹੁਤ ਵਧੀਆ ਸੀ, ਅਤੇ ਉਹਨਾਂ ਨੇ ਸਾਨੂੰ ਨਾ ਇੰਨਾ ਜ਼ਿਆਦਾ ਪਿਆਰ ਦਿੱਤਾ, ਹੈ ਨਾ। ਮੈਂ ਕੱਲ੍ਹ ਹੀ ਕਿਸੇ ਨੂੰ ਇੱਥੇ ਦੱਸ ਕੇ ਹਟੀ ਸੀਗੀ, ਉਹਨਾਂ ਦੇ ਬੇਟੇ ਦੀ ਲੋਹੜੀ ਸੀ, ਆਈ ਥਿੰਕ ਉਹ ਨਿਊਜ਼ੀਲੈਂਡ ਤੋਂ ਫੈਮਿਲੀ ਸੀਗੀ ਜਾਂ ਇੱਥੋਂ ਹੀ ਸੀਗੀ ਆਸਟ੍ਰੇਲੀਆ ਤੋਂ, ਮੈਨੂੰ ਪਤਾ ਨਹੀਂ, ਸ਼ਾਇਦ ਨਿਊਜ਼ੀਲੈਂਡ ਤੋਂ ਸੀਗੇ। ਅਤੇ ਉਹਨਾਂ ਨੇ ਸਾਡੀ ਐਂਟਰੀ ਨਾ ਬੁਲਟ 'ਤੇ ਕਰਵਾਈ, ਅਤੇ ਜਦੋਂ ਕੋਈ ਆਪਦੀਆਂ ਖੁਸ਼ੀਆਂ ਦੇ ਵਿੱਚ ਆਪਾਂ ਨੂੰ ਸਪੈਸ਼ਲ ਪਾਰਟ ਦਿੰਦਾ ਆ, ਹੈ ਨਾ, ਕੁਛ, ਅਤੇ ਉਦੋਂ ਬੜਾ ਵਧੀਆ ਫੀਲ ਹੁੰਦਾ ਆ। ਸੋ ਬਹੁਤ ਸੋਹਣਾ, ਬਹੁਤ ਸੋਹਣੀ, ਵਧੀਆ ਫੈਮਿਲੀ ਸੀਗੀ ਜੀ ਉਹ, ਜਿਨ੍ਹਾਂ ਦੇ, ਉਹਨਾਂ ਦੇ ਬੇਟੇ ਦਾ ਨਾਮ ਬੜਾ ਸੋਹਣਾ ਸੀਗਾ, ਥੋੜ੍ਹਾ ਅਲੱਗ ਜਿਹਾ ਸੀਗਾ, ਮੈਂ ਭੁੱਲ ਗਈ ਵੀ ਕੀ ਸੀਗਾ। ਚੱਕ ਪੱਕੀ ਪਰਫੋਰਮੈਂਸ, ਨਾਈਸ, ਥੈਂਕ ਯੂ ਜੀ, ਥੈਂਕ ਯੂ। ਬਹੁਤ ਵਧੀਆ ਲੱਗਾ ਚੱਕ ਪੱਖੀ, ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਜੀ ਜੀ ਕਿਚਨਰ, ਤੁਸੀਂ ਮੈਨੂੰ ਸਮਝ ਹੀ ਨਹੀਂ ਲੱਗੀ ਕੀ ਸੀਗਾ, ਕਹਿੰਦੇ ਹੱਸਿਆ ਨਾ ਕਰੋ। ਅੱਛਾ, ਡਰ ਤਾਂ ਨਹੀਂ ਜਾਂਦੇ ਮੇਰੇ ਹਾਸੇ ਤੋਂ ਕਿਤੇ? ਓਕੇ ਓਕੇ, ਠੀਕ ਹੈ ਜੀ। ਹਾਂਜੀ, ਕੁੜੀਆਂ ਉੱਦਾਂ ਤਾਂ ਸਿੰਪਲ ਹੀ ਸੋਹਣੀਆਂ ਲੱਗਦੀਆਂ ਆ, ਅਤੇ ਉਹ ਮੇਕਅਪ ਫਿਰ ਮਾੜਾ ਮੋਟਾ ਕਰ ਲਈਦਾ ਆ ਵੀ ਚਲੋ, ਫਿਰ ਮੇਕਅਪ ਵਿਕਣਾ ਨਹੀਂ ਦੁਕਾਨਾਂ ਦਾ, ਇੰਨੇ ਮਹਿੰਗੇ ਮਹਿੰਗੇ ਬ੍ਰਾਂਡ ਨੇ ਜਿਹੜੇ। ਕੀ ਹਾਲ ਤੁਹਾਡਾ? ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਇੰਡੀਆ ਕਦੋਂ ਆਉਣਾ? ਅੱਛਾ, ਇੰਡੀਆ ਬਸ ਆ ਜਾਣਾ ਜੀ ਜਲਦੀ। ਮੈਮ ਤੁਹਾਡੇ ਬ੍ਰਦਰ ਦੀ ਡੈਥ ਹੋਈ ਆ? ਹਾਂ ਵੀਰੇ, ਕਿਵੇਂ ਹੋ ਮੈਡਮ? ਬਹੁਤ ਵਧੀਆ ਜੀ। ਕੱਲ ਬਾਈ ਨੇ ਕੱਲੀ ਕਾਲੀ ਕਹਿਤਾ ਸੀ ਤੁਹਾਨੂੰ? ਅੱਛਾ, ਮੈਨੂੰ ਕਾਲੀ ਕਹਿਤਾ ਸੀ, ਉਹ ਮੈਨੂੰ ਵੈਸੇ ਹੀ ਕਹਿਤਾ ਸੀਗਾ ਜੀ ਕਾਲੀ, ਉੱਦਾਂ ਮੈਂ ਹੈ ਨਹੀਂ, ਸਾਂਵਲਾ ਜਿਹਾ ਰੰਗ ਆ ਮੇਰਾ, ਹੁਣ ਤਾਂ ਮੈਂ ਮਾੜਾ ਜਿਹਾ ਮੇਕਅਪ ਕੀਤਾ ਅਤੇ ਫਿਲਟਰ ਲਾਇਆ ਵਾ, ਅਤੇ ਬਾਕੀ ਗੁੱਸਾ ਗੁੱਸਾ ਲੈ, ਗੁੱਸਾ ਕਾਹਨੂੰ ਹੋਣਾ ਹੈਗਾ ਆ।
ਕੱਲਾ ਹੀ ਬ੍ਰਦਰ ਸੀ ਤੁਹਾਡਾ? ਨਹੀਂ ਵੀਰੇ, ਮੇਰਾ ਇੱਕ ਭਾਈ ਹੋਰ ਵੀ ਹੈਗਾ ਆ। ਇਹ ਜਿਹੜਾ ਮੇਰਾ ਮੇਰੇ ਬ੍ਰਦਰ ਦੀ ਡੈਥ ਹੋਈ ਨਾ, ਇਹ ਛੋਟਾ ਸੀਗਾ ਸਾਰਿਆਂ ਤੋਂ ਹੀ, ਪਹਿਲਾਂ ਹੀ ਚਲਾ ਗਿਆ। ਥੈਂਕ ਯੂ ਵੀਰੇ, ਜਿਉਂਦੀ ਬਸਤੀ ਰਹਿ ਭੈਣੇ। ਹੋਰ ਸੁਣਾਓ ਜੀ, ਤੁਹਾਡਾ ਨੇਚਰ ਬਹੁਤ ਵਧੀਆ। ਥੈਂਕ ਯੂ ਜੀ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਅਗਲੀ ਵਾਰੀ ਮੈਨੂੰ ਨਾਲ ਲੈ ਜਾਓ ਫੋਨ 'ਚ ਵੀਡੀਓ ਬਣਾਉਣ ਲਈ। ਅੱਛਾ ਠੀਕ ਹੈ ਜੀ, ਪੱਕਾ ਪੱਕਾ ਪੱਕਾ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਜੇ ਤੁਹਾਡਾ ਆਪਦਾ ਸੁਭਾਅ ਚੰਗਾ ਆ ਨਾ, ਤਾਂ ਤੁਹਾਨੂੰ ਮੂਹਰਲੇ ਬੰਦੇ ਦਾ ਸੁਭਾਅ ਵੀ ਵਧੀਆ ਲੱਗੂਗਾ, ਕਿਉਂਕਿ ਤੁਸੀਂ ਉਦੋਂ ਪੋਜ਼ਿਟਿਵ ਸੋਚਦੇ ਆ, ਹੈ ਨਾ, ਉਹ ਬੰਦੇ ਬਾਰੇ ਵੀ, ਅਤੇ ਆਪਦੇ ਵਾਸਤੇ ਵੀ ਆਪਾਂ ਪੋਜ਼ਿਟਿਵ ਰਹਿੰਦੇ ਹਾਂ। ਅਤੇ ਜੇ ਆਪਾਂ ਨੂੰ ਕਈ ਵਾਰੀ ਆਪਾਂ ਸੋਚ ਹੀ ਉੱਦਾਂ ਦੀ ਲੈ ਲੈਂਦੇ ਹਾਂ, ਅਤੇ ਫਿਰ ਆਪਣੇ ਦਿਮਾਗ 'ਚੋਂ ਕੁਛ ਚੱਲੀ ਜਾਂਦਾ ਰਹਿੰਦਾ ਆ। ਅਸੀਂ ਵੀ ਹੈਗੇ ਤੁਹਾਡੇ ਭਰਾ। ਹਾਂਜੀ ਹਾਂਜੀ ਵੀਰੇ, ਥੈਂਕ ਯੂ ਸੋ ਮੱਚ, ਜਿਉਂਦੇ ਵਾਸਤੇ ਰਹੋ, ਵਾਹਿਗੁਰੂ ਲੰਬੀਆਂ ਉਮਰਾਂ ਦੇਵੇ ਤੁਹਾਨੂੰ। ਵਿਆਹ ਕਦੋਂ ਕਰਾਉਣਾ ਤੁਸੀਂ? ਵਿਆਹ ਵੈਰੀ ਸੂਨ। ਚੰਡੀਗੜ੍ਹ ਕਦੋਂ ਆਉਣਾ ਤੁਸੀਂ? ਬਸ ਜੀ ਆ ਜਾਣਾ ਪਰਸੋਂ ਚੌਥੇ ਨੂੰ। ਮੁੰਦਰੀ ਚਾਂਦੀ ਦੀ ਆ ਉਂਗਲੀ 'ਚ? ਆਹਾ ਜੀ ਕੀ ਆਹਾ, ਹੋ ਮੇਰੇ ਛੱਲੇ ਦਾ ਕੀ ਬਣਿਆ, ਉਹ ਜਾਣੇ ਆ ਨਾ ਜਾਣੇ, ਪਰਦੇ ਬਿਨੇ ਉਹਦੀ ਮੁੰਦਰੀ ਕਦੇ ਉਂਗਲੀ ਚੋ ਨਾ ਲਾਹੀ, ਦਿਲ ਮੇਰਾ ਕਿੰਨਾ ਕਮਲਾ ਹਾਲੇ ਵੀ ਆਖੀ ਜਾਂਦਾ। ਮਾਰਚ 'ਚ ਕੀ ਸੀਗਾ ਜੀ? ਮੇਰੇ ਵਿਆਹ 'ਤੇ ਆਇਓ। ਓਕੇ ਓਕੇ ਠੀਕ ਆ ਬ੍ਰੋ, ਮੈਂ ਜ਼ਰੂਰ ਆਊਂਗੀ ਤੁਹਾਡੇ ਵਿਆਹ 'ਤੇ। ਮੈਨੂੰ ਦੱਸ ਦਿਓ ਫਿਰ ਤੁਸੀਂ ਹੈਗਾ ਕਦੋਂ ਆ ਤੁਹਾਡਾ ਵਿਆਹ, ਠੀਕ ਆ? ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਜੀ। ਵਾਜੀ ਵਾਹ, ਉਹ ਵਾਲੀ ਬਾਜੀ ਵਾਹ, ਘੈਂਟ ਸ਼ੋ ਸੀ ਤੁਹਾਡਾ ਕਰਨਾਲ ਪਿਛਲੇ ਸਾਲ। ਉਹ ਅੱਛਾ ਅੱਛਾ ਅੱਛਾ, ਇੱਦਾਂ ਕਹਿੰਦੇ ਸੀ ਤੁਸੀਂ? ਓਕੇ ਜੀ, ਓਕੇ ਓਕੇ ਓਕੇ। ਫੋਨ ਲੈ ਆਇਓ ਜੀ, ਦੇਖ ਲਿਓ। ਅੱਛਾ ਏਅਰਪੋਰਟ 'ਤੇ ਫੋਨ? ਆ ਮੈਨੂੰ ਫੋਨ ਵਾਲਿਆਂ ਦੇ ਬੜੇ ਆਈ ਜਾਂਦੇ ਮੈਸੇਜ ਸਨੈਪਚੈਟ 'ਤੇ ਵੀ, ਕਿ ਸਾਡਾ ਫੋਨ ਫੜ ਲਿਓ, ਫੋਨ ਫੜ ਲਿਓ। ਮੈਂ ਫੋਨ ਲਿਆ ਕੇ ਨਾ ਸਾਰੇ ਵੇਚ ਦੇਣੇ ਨੇ ਇੰਡੀਆ। ਨਾਮ ਬੋਲ ਦਿਓ ਜੀ, ਨਾਮ ਬੋਲਾਂਗੀ, ਉੱਥੇ ਕੁਛ ਆਉਂਦਾ ਹੀ ਨਹੀਂ, ਪਤਾ ਨਹੀਂ ਕੀ ਲਿਖਿਆ ਹੋਇਆ ਵਾ। ਬਠਿੰਡੇ ਕਦੋਂ ਆਉਣਾ? ਬਠਿੰਡਾ ਵੀ ਆਵਾਂਗੇ ਜੀ ਜਲਦੀ। ਹੋਰ ਕੀ ਆ, ਕਿੰਨੇ ਜਾਣਿਆਂ ਨੇ ਮੈਨੂੰ ਇਹੀ ਕਹਿਤਾ ਵੀ ਸਾਡਾ ਫੋਨ ਲਿਆਇਓ ਜੀ, ਸਾਡਾ ਫੋਨ ਲਿਆਇਓ ਜੀ। ਲਿਆ ਕੇ ਸਾਰੇ ਫੋਨ ਏਅਰਪੋਰਟ 'ਤੇ ਨਿਕਲਣ, ਸਾਰੀ ਬੰਦਾ ਵੇਚ ਦੇਵੇ। ਨਿੱਕੇ ਹੁੰਦੇ ਸੀ ਜਦੋਂ ਤੁਹਾਡੇ ਗਾਣੇ ਸੁਣਦੇ ਸੀ। ਓਕੇ ਠੀਕ ਹੈ ਜੀ, ਜਤਿੰਦਰ ਕਿਵੇਂ ਹੋ ਮੈਡਮ? ਬਹੁਤ ਵਧੀਆ ਜੀ, ਬਹੁਤ ਵਧੀਆ। ਅਤੇ ਓਕੇ ਠੀਕ ਆ ਜੀ, ਫਿਰ ਆਪਾਂ ਮਿਲਦੇ ਹਾਂ ਲੇਟਰ ਔਨ। ਅਤੇ ਹੁਣ ਮੈਂ ਵੀ ਮਾੜਾ ਮੋਟਾ ਕੰਮ ਉੱਦਾਂ ਮੈਨੂੰ ਤਾਂ ਹੈ ਨਹੀਂ, ਵੀ ਮੈਂ ਤਾਂ ਵਿਹਲੀ ਬੈਠੀ ਹਾਂ। ਅਤੇ ਆਪਣਾ ਫਿਰ ਆਪਾਂ ਕਰਦੇ ਹਾਂ ਲੇਟਰ ਔਨ ਗੱਲਾਂ ਬਾਤਾਂ। ਅਤੇ ਥੈਂਕ ਯੂ ਸੋ ਮੱਚ ਕਰਨ ਵਾਸਤੇ, ਮੈਂ ਤਾਂ ਕਾਲ ਕੀਤੀ ਸੀ ਮੈਲਬਰਨ ਵਾਲਿਆਂ ਦਾ ਵੀ, ਬਹੁਤ ਵਧੀਆ ਰਿਸਪੋਂਸ ਦਿੱਤਾ ਕੱਲ੍ਹ, ਬੜਾ ਸਾਰਾ ਪਿਆਰ ਦਿੱਤਾ। ਮੇਰੀ ਬੇਟੀ ਦਾ ਬਰਥਡੇ 'ਤੇ ਸ਼ੋਅ ਲਗਵਾ ਤੁਹਾਡਾ। ਓਕੇ ਓਕੇ ਠੀਕ ਆ ਜੀ, ਨੋ ਪ੍ਰੋਬਲਮ ਜੀ। ਅਤੇ ਬਾਕੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਮਾਸੀ ਜੀ ਰਿਪਲਾਈ ਤਾਂ ਕਰ ਦਿਓ, ਕੌਣ ਆ ਮਾਸੀ ਵਾਲਾ? ਹੁਣ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਹੈ, ਅਤੇ ਇਹ ਤਾਂ ਜ਼ਿੰਦਾਬਾਦ ਹੀ ਰਹਿਣੀ ਆ ਬ੍ਰੋ।
ਇਹ ਨਹੀਂ ਰੋਕਿਆ ਰੁਕਦੇ ਬਾਬੇ ਨਾਨਕ ਦੀ ਮਿਹਰ ਆ ਵੀਰੇ ਹੋ ਵਾਹਿਗੁਰੂ ਜੀ ਓਕੇ ਓਕੇ ਜੀ ਚਲੋ ਠੀਕ ਆ ਜੀ ਫਿਰ ਆਪਾਂ ਨਾ ਇਹ ਆਪਾਂ ਉਹ ਕੀ ਕਹਿੰਦੇ ਓਕੇ ਓਕੇ ਠੀਕ ਆ ਠੀਕ ਆ ਲੇਟਰ ਔਨ ਕਰਦੇ ਹਾਂ ਗੱਲਾਂ ਬਾਤਾਂ ਤੁਹਾਡਾ ਪਿੰਡ ਕਿਹੜਾ ਜੀ ਮੇਰਾ ਪਿੰਡ ਹੈਗਾ ਆਪਣਾ ਭੈਣੇ ਤੂੰ ਇੰਨੀ ਸੀਟ ਕਿਉਂ ਉੱਦਾਂ ਹੀ ਵੈਸੇ ਹੀ ਲੱਗਦਾ ਵੀਰੇ ਤੁਸੀਂ ਕਿੱਦਾਂ ਜੀ ਮੈਂ ਬਹੁਤ ਵਧੀਆ ਜੀ ਵਾਹਿਗੁਰੂ ਜੀ ਦੀ ਬਹੁਤ ਮਿਹਰ ਆ ਬਹੁਤ ਜ਼ਿਆਦਾ ਮਿਹਰ ਆ ਵਾਹਿਗੁਰੂ ਦੀ ਤੁਸੀਂ ਰੋਜ਼ ਲਾਈਵ ਆਇਆ ਕਰੋ ਅਤੇ ਤੁਸੀਂ ਮੁੜ ਕੇ ਕਮੈਂਟ ਕਰਨੇ ਨੇ ਵੀ ਇਹ ਤੀਜੇ ਦਿਨੋਂ ਕਿ ਵੀ ਰੋਜ਼ ਹੀ ਲਾਈਵ ਹੋ ਕੇ ਬਹਿ ਜਾਂਦੀ ਆ ਫਿਰ ਇੱਦਾਂ ਕਹਿਣ ਲੱਗ ਜਾਂਦੇ ਆ ਸਾਰੇ ਮੈਨੂੰ ਤਾਂ ਕੀ ਆ ਮੈਂ ਤਾਂ ਵਿਹਲੀ ਹਾਂ ਕੁੜੀ ਮੁੰਡੇ ਨਾਲ ਸੋਹਣੀ ਮੁੰਡਾ ਕੁੜੀ ਨਾਲ ਸੋਹਣਾ ਵਾਜੀ ਵਾ ਹੋਰ ਕੀ ਆ ਗੰਗਾਨਗਰ ਕਦੋਂ ਆਉਣਾ ਇੱਦਾਂ ਕਿਹਾ ਸੀ ਤੁਸੀਂ ਮੈਨੂੰ ਲੱਗਦਾ ਸ਼ਾਇਦ ਤੈਂ ਨਾ ਬੁਲਾ ਕੇ ਵੋਟਾਂ 'ਚ ਖੜੀ ਹੋਣਾ ਆ ਹੁਣ ਦੱਸ ਦੇ ਮੈਨੂੰ ਆ ਜਵਾਕ ਜੀ ਉਦੋਂ ਵਾਲੇ ਦੱਸ ਕਿੱਧਰ ਹੋ ਮੈਲਬਰਨ 'ਚ ਭੁੱਖੇ ਰਹਿਣਾ ਪੈਂਦਾ ਬ੍ਰੋ ਚਾਰ ਚਾਰ ਦਿਨ ਖਾਈਦਾ ਨਹੀਂ ਕੁਛ ਵੀ ਓਕੇ ਦਿੱਲੀ ਫੈਸ਼ਨ ਬੁਟੀਕ ਵਾਲੇ ਅੱਛਾ ਠੀਕ ਆ ਜਿਹੜੇ ਕੱਪੜੇ ਸਟਿੱਚ ਕਰਦੇ ਹੋ ਕਿ ਜਿਹੜੇ ਸੇਲ ਕਰਦੇ ਹੋ ਫਿਰੋਜ਼ਪੁਰ ਨਹੀਂ ਆਉਣਾ ਤੁਸੀਂ ਮੈਂ ਇੱਥੋਂ ਸਿੱਧੀ ਆਪਣੀ ਨਾ ਨਾ ਪੁੱਤ ਮੈਂ ਤਾਂ ਮਜ਼ਾਕ ਕਰਦੀ ਸੀਗੀ ਇੰਨਾ ਸੀਰੀਅਸ ਨਹੀਂ ਲਈਦਾ ਹੁੰਦਾ ਪਿੰਡ ਦਾ ਨਾਮ ਦੱਸਿਓ ਭੈਣੇ ਮੇਰੇ ਪਿੰਡ ਦਾ ਨਾਮ ਮੇਰਾ ਪਿੰਡ ਹੈਗਾ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਹੈਲੋ ਸਤਿ ਸ਼੍ਰੀ ਅਕਾਲ ਬਾਈ ਹੁਣ ਤੁਸੀਂ ਕਿੱਥੇ ਹੁਣ ਮੈਂ ਆਸਟ੍ਰੇਲੀਆ ਆ ਓਏ ਭਰਾਵਾ ਮੈਂ ਕੋਈ ਟਾਵਰ ਨਹੀਂ ਦੇਖਣਾ ਵੀਰੇ ਮੈਂ ਕੱਲ੍ਹ ਦੀ ਥੱਕੀ ਹੋਈ ਹਾਂ ਮੈਂ ਵਾਪਸ ਆਪਦੇ ਆਉਣਾ ਇੰਡੀਆ ਅਹਿਮਦਗੜ੍ਹ ਮੰਡੀ ਤੁਸੀਂ ਕਦੋਂ ਆਉਣਾ ਉੱਥੇ ਮੈਂ ਆਉਣਾ ਆ ਜਲਦੀ ਸੂਨ ਜੱਸੀ ਜੀ ਕਿਵੇਂ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਗੁੱਡ ਆਫਟਰਨੂਨ ਜੀ ਠੀਕ ਹੈ ਜੀ ਠੀਕ ਹੈ ਵੀਰੇ ਅਤੇ ਓਕੇ ਚਲੋ ਸਹੀ ਆ ਜੀ ਫਿਰ ਆਪਾਂ ਹੈਪੀ ਬਾਬਾ ਜੀ ਦਾ ਭਾਣਜਾ ਓਕੇ ਓਕੇ ਠੀਕ ਆ ਵੀਰੇ ਹੋਰ ਕਿੱਦਾਂ ਠੀਕ ਠਾਕ ਹੋ ਬਾਬਾ ਜੀ ਕਿੱਦਾਂ ਠੀਕ ਨੇ ਬਾਬਾ ਜੀ ਤਾਂ ਠੀਕ ਹੀ ਰਹਿੰਦੇ ਨੇ ਵੈਸੇ ਵਾਹਿਗੁਰੂ ਠੀਕ ਹੀ ਰੱਖੇ ਵਾਹਿਗੁਰੂ ਜੀ
जी बाई भी नाल आया। हाँ जी हाँ जी बिल्कुल जी बिल्कुल, बाई तो बिना आपां कादी कादी कम दे आ। सदा हंसते रहो। थैंक यू जी। वधिया चढ़ती कला च। जी, शुक्र है वाहेगुरु का। भैन थोड़ी सिंगिंग बहुत सोहनी है। थैंक यू वीरे। हैप्पी संडे। अच्छा अज तो संडे है सच। ओके जी ठीक है जी। सत श्री अकाल। तुसी भी कहोगे घंटे कह दिंदी है। तुसी इंटरव्यू भी दिती है। हाँ जी हाँ जी इंटरव्यू करी है जी आपां। ते बहुत सोहना गुड रिस्पोंस रहा सारिया वालों। थैंक यू सो मच तुहाडा सारिया का। ते डेली पोस्ट पंजाबी वालिया का जी। ते तुसी जिन्हां ने इन्ना मान सम्मान दिता तुहाडा सारिया का। ब्याह तो बाद कहिंदे प्रोग्राम लाउणे है जी तुसी। ये तो वो गल हो गई है शेख चिल्ली वाली गल हो जानी है फिर। थैंक यू जी। ड्रेसअप बहुत सोहना कर दे तुसी। थैंक यू सो मच जी। हैप्पीनेस अमृतसर कदों आना। एक मैनू याद नहीं गा बई मेरी कालख पिंड सी लाया वा प्रोग्राम। मैनू याद नहीं भी कि साल च लाया आ पर मैनू लगता है भी लाया आ। ये शायद जलंधर दे कोले जे पिंड है ना। सॉरी कपूरथले दे कोले शायद मैनू लगता है। ठीक है सारी कितनी आ जाना। मैं भिखी भी अमृतसर भी गुरदासपुर भी फिरोजपुर भी सारे कितनी लुधियाने में। कालख पिंड लुधियाने च पैंदा। आओ अच्छा फिर पता नहीं मैं भी वो कोई होर होना। हैप्पी बर्थ आईडी है जी। वो भी ऑस्ट्रेलिया रहिंदे। नहीं नहीं वो कैनेडा रहिंदे ने जी। वो कैनेडा रहिंदे ने। जी, ठीक है जी। ओके जी चलो सही है जी। फिर सत श्री अकाल सारिआं नूं। बाबा जी चढ़दी कला दे विच रखण। आपां मिलदे आं लेटर ऑन।